ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ। SSP ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਦੀ ਅਗਵਾਈ ਹੇਠ ਭੈੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ 24 ਮਾਰਚ ਨੂੰ ਪੁਲਿਸ ਪਾਰਟੀ ਨੇ ਨਾਕੇ ਦੌਰਾਨ ਇੱਕ ਆਰੋਪੀ ਨੂੰ ਫੜਿਆ ਸੀ, ਜਿਸ ਪਾਸੋਂ 40 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ ਸੀ, ਜਿਸ ਤੋਂ ਪੁੱਛਗਿੱਛ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਹੁਸ਼ਿਆਰਪੁਰ 'ਚ ਹੋਰ ਵੀ 2-3 ਨਸ਼ਾ ਤਸਕਰ ਹਨ, ਜੋ ਨਸ਼ੀਲਾ ਪਦਾਰਥ ਵੱਖ-ਵੱਖ ਕਾਲਜਾਂ ਦੇ ਲੜਕਿਆਂ ਨੂੰ ਸਪਲਾਈ ਕਰਦੇ ਹਨ, ਜਿਸ ਨੂੰ ਲੈ ਕੇ ਪੁਲਿਸ ਨੇ ਰਕਬਾ ਬੂਥਗੜ੍ਹ ਦੇ ਨਜ਼ਦੀਕ ਰਿਆਤ ਕਾਲਜ ਕੋਲ ਨਾਕਾ ਲਗਾ ਕੇ ਦੂਸਰੇ ਆਰੋਪੀ ਨੂੰ ਗ੍ਰਿਫਤਾਰ ਕੀਤਾ, ਜਿਸ ਦੀ ਪਹਿਚਾਣ ਨਿਤਿਨ ਉਰਫ ਰਾਜਨ ਵਾਸੀ ਰਾਮ ਕਲੋਨੀ ਕੈਂਪ ਥਾਣਾ ਸਦਰ ਹੁਸ਼ਿਆਰਪੁਰ ਵਜੋਂ ਹੋਈ ਹੈ, ਜਿਸ ਪਾਸੋਂ 30 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ। ਆਰੋਪੀ ਨਿਤਿਨ ਨਾਲ ਦੂਸਰੇ ਲੜਕੇ ਦੀ ਜਦੋਂ ਪੁਲਿਸ ਨੇ ਤਲਾਸ਼ੀ ਲਈ ਤਾਂ ਉਸ ਪਾਸੋਂ 70 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ। ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਤੱਕ ਇਨ੍ਹਾਂ ਤਿੰਨਾਂ ਆਰੋਪੀਆਂ ਕੋਲੋਂ ਕੁੱਲ ਰਿਕਵਰੀ 140 ਗ੍ਰਾਮ ਨਸ਼ੀਲਾ ਪਦਾਰਥ ਹੋਇਆ ਹੈ। ਇਹ ਅਸੀਂ ਜਿਹੜੇ ਸਾਡੇ ਮਾਨਯੋਗ SSP ਸਾਹਿਬ ਹੈਗੇ ਸ਼੍ਰੀ JLN ਜੀ ਨੇ, ਉਹਨਾਂ ਦੀਆਂ ਡਾਇਰੈਕਸ਼ਨਸ ਉੱਤੇ, ਔਰ DSP ਸਾਡੇ ਜਿਹੜੇ ਅਤੀ ਸਾਹਿਬ ਹੈਗੇ ਉਹਨਾਂ ਦੀਆਂ ਗਾਈਡਲਾਈਨਸ ਉੱਤੇ ਅਸੀਂ ਮਤੀ 24/3/2019 ਨੂੰ ਇੱਕ ਆਰੋਪੀ ਫੜਿਆ ਸੀ ਇੱਕ ਨਾਕੇ ਦਰਮਿਆਨ, ਜਿਸ ਦੇ ਕੋਲ 40 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ ਸੀਗਾ। ਉਸਦੀ ਪੁੱਛਗਿੱਛ ਤੋਂ ਸਾਨੂੰ ਜੋ ਪਤਾ ਲੱਗਾ ਕਿ ਹੁਸ਼ਿਆਰਪੁਰ ਸ਼ਹਿਰ ਦੇ ਅੰਦਰ ਜਿਹੜੀ ਹੋਰ 2-3 ਜਿਹੜੇ ਤਸਕਰ ਹੈਗੇ ਜੋ ਕੋਈ ਨਸ਼ੀਲਾ ਪਦਾਰਥ ਇਹ ਵੱਖ-ਵੱਖ ਕਾਲਜਾਂ ਦੇ ਅੰਦਰ ਜਾਂ ਮੁੰਡਿਆਂ ਨੂੰ ਸਪਲਾਈ ਕਰਦੇ ਹੈ, ਸੋ ਉਸਦੀ ਪੁੱਛਗਿੱਛ ਦਰਮਿਆਨ ਅਸੀਂ ਉਹਨਾਂ ਨੂੰ ਫੋਨ ਕਰਵਾਉਣ 'ਤੇ ਸਾਡੇ ਕੋਲ ਇੱਕ ਜਿਹੜਾ ਦੂਜਾ ਆਰੋਪੀ ਸੀਗਾ, ਅਸੀਂ ਉਹਨੂੰ ਕੱਲ੍ਹ ਮਿਤੀ 25/3/2019 ਨੂੰ SI ਸੇਵਾ ਸਿੰਘ ਜੀ ਜੋ ਬੂਥਗੜ੍ਹ ਰਿਆਤ ਕਾਲਜ ਦੇ ਨਜ਼ਦੀਕ ਸੀਗੇ ਉੱਥੇ ਅਸੀਂ ਇੱਕ ਨਾਕਾ ਲਗਾਇਆ ਸੀਗਾ। ਉਸ ਨਾਕੇ ਦਰਮਿਆਨ ਅਸੀਂ ਜਿਹੜਾ ਇੱਕ ਲੜਕਾ ਹੈਗਾ ਨਿਤਿਨ ਉਰਫ ਰਾਜਨ ਪੁੱਤਰ ਹਰਬੰਸ ਲਾਲ ਜੋ ਵਾਸੀ ਰਾਮ ਕਲੋਨੀ ਕੈਂਪ ਹੈਗਾ ਥਾਣਾ ਸਦਰ ਵੀ ਪਿੰਡ ਹੈਗਾ, ਅਸੀਂ ਇਹਨੂੰ ਗ੍ਰਿਫਤਾਰ ਇਹਨੂੰ ਮੋਟਰਸਾਈਕਲ 'ਤੇ ਆ ਰਿਹਾ ਸੀਗਾ, ਨਾਲ ਦੇ ਇੱਕ ਦੂਜਾ ਲੜਕਾ ਹੋਰ ਸੀਗਾ, ਜਦੋਂ ਉਹਨਾਂ ਨੂੰ ਰੋਕ ਕੇ ਪੁੱਛਗਿੱਛ ਕੀਤੀ ਅਤੇ ਇਸ ਦੇ ਪਾਸੋਂ 30 ਗ੍ਰਾਮ ਸਾਨੂੰ ਜਿਹੜਾ ਨਸ਼ੀਲਾ ਪਾਊਡਰ ਬਰਾਮਦ ਹੋਇਆ। ਇਸ ਦੇ ਨਾਲ ਜਿਹੜਾ ਦੂਜਾ ਮੁੰਡਾ ਇੱਕ ਮੋਟਰਸਾਈਕਲ 'ਤੇ ਇਹਦੇ ਮੋਟਰਸਾਈਕਲ 'ਤੇ ਬੈਠਾ ਹੋਇਆ ਸੀਗਾ, ਜਿਸਦਾ ਨੰਬਰ ਸੀਗਾ PBAV 8796, ਜਿਸਦਾ ਨਾਮ ਓਂਕਾਰ ਸਿੰਘ ਪੁੱਤਰ ਰੋਸ਼ਨ ਸਿੰਘ ਵਾਸੀ ਮੈਦਪੁਰ, ਜਦੋਂ ਉਹਦੀ ਤਲਾਸ਼ੀ ਲਈ ਅਤੇ ਉਹ ਜਿਹੜੀ ਜੇਬ ਵਿੱਚੋਂ ਹੈ 70 ਗ੍ਰਾਮ ਨਸ਼ੀਲਾ ਪਦਾਰਥ ਸਾਨੂੰ ਪ੍ਰਾਪਤ ਹੋਇਆ। ਸਾਨੂੰ ਹੁਣ ਤੱਕ ਜਿਹੜਾ ਟੋਟਲ ਰਿਕਵਰੀ ਇਹਨਾਂ 3 ਤਸਕਰਾਂ ਤੋਂ ਜਿਹੜੀ ਸੀਗੀ ਉਹ ਤਕਰੀਬਨ 140 ਗ੍ਰਾਮ ਜਿਹੜੀ ਨਸ਼ੀਲਾ ਪਦਾਰਥ ਇਹਨਾਂ ਤੋਂ ਪ੍ਰਾਪਤ ਹੋਇਆ। ਜਿਹਨਾਂ ਨੇ ਪੁੱਛਗਿੱਛ ਦਰਮਿਆਨ ਦੱਸਿਆ ਕਿ ਇਹ ਜਿਹੜੇ ਆਸ ਪਾਸ ਜਿਹੜੇ ਰਾਮ ਕਲੋਨੀ ਕੈਂਪ ਦੇ ਕਾਲਜ ਹੈ ਉਹਨਾਂ ਵਿੱਚ ਇਹ ਲੜਕਿਆਂ ਨੂੰ ਜਿਹੜੀ ਸੀਗੀ ਨਸ਼ੀਲਾ ਪਦਾਰਥ ਜਿਹੜੀ ਹੈ ਸਮੈਕ ਸਪਲਾਈ ਕਰਦੇ ਸੀਗੇ, ਹੋਰ ਉੱਥੋਂ ਦੇ ਜਿਹੜੇ ਲੋਕਲ ਮੈਥਪੁਰ ਜਾਂ ਪਿਛਵਾੜੇ ਦੇ ਜਿਹੜੇ ਲੜਕੇ ਹੈਗੇ ਆ ਜਿਹੜੇ ਸੇਵਨ ਕਰਦੇ ਉਹਨਾਂ ਨੂੰ ਸਪਲਾਈ ਕਰਦੇ ਸੀਗੇ। ਸੋ ਜਿਹਨਾਂ ਨੂੰ ਅਸੀਂ ਹੁਣ ਅਰੈਸਟ ਕਰਕੇ ਅਗਲੀ ਜਿਹੜੀ ਹੈ ਪੁੱਛਗਿੱਛ ਜਿਹੜੀ ਤਫਤੀਸ਼ ਆ ਉਹ ਕਰ ਰਹੇ ਹਾਂ। ਇਹਦੀ ਤਕਰੀਬਨ ਜਿਹੜੀ ਇੰਟਰਨੈਸ਼ਨਲ ਮਾਰਕੀਟ 'ਚ ਜਿਹੜੀ ਕੀਮਤ ਹੋਏਗੀ ਟੋਟਲ ਇਸ ਨਸ਼ੀਲਾ ਪਦਾਰਥ ਦੀ, ਉਹ ਤਕਰੀਬਨ 2.5-3 ਲੱਖ ਰੁਪਏ ਤੱਕ ਇਹਦੀ ਜਿਹੜੀ ਕੀਮਤ ਹੋਏਗੀ ਜਿਹੜੀ ਇਹਨਾਂ ਕੋਲ ਅਸੀਂ ਇਹਨਾਂ ਕੋਲ ਬਰਾਮਦਗੀ ਕੀਤੀ ਹੈਗੀ ਆ। ਔਰ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਇਹਨਾਂ ਦੀ ਹੋਰ ਜਿਹੜੀ ਅੱਗੋਂ ਪੁੱਛ ਪੜਤਾਲ ਦੇ ਦਰਮਿਆਨ ਅਸੀਂ ਇਹਨਾਂ ਦਾ ਅੱਜ ਪੁਲਿਸ ਰਿਮਾਂਡ ਕੋਰਟ ਵਿੱਚ ਪੇਸ਼ ਕਰਕੇ ਲਵਾਂਗੇ। ਅਗਲੀ ਪੁੱਛਗਿੱਛ ਦਰਮਿਆਨ ਸਾਨੂੰ ਉਮੀਦ ਹੈ ਕਿ ਸਾਨੂੰ ਹੋਰ ਜਿਹੜੇ ਤਸਕਰ ਹੈਗੇ ਉਹਨਾਂ ਬਾਰੇ ਵੀ ਇਹਨਾਂ ਕੋਲ ਜਾਣਕਾਰੀ ਮਿਲੇਗੀ। ਹੁਸ਼ਿਆਰਪੁਰ ਤੋਂ ਸੁਖਵਿੰਦਰ ਕੁੰਨੀ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।